ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਦੀਪ ਓਮ ਗਲੋਬਲ ਚੰਡੀਗੜ੍ਹ ਤੋਂ। ਅੱਜ ਦਾ ਇਹ ਵੀਡੀਓ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਦੇ ਸਪਾਊਸ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਨੇ ਅਤੇ ਉਹ ਆਪਣੇ ਪਾਰਟਨਰ ਦੇ ਕੋਲ ਕੈਨੇਡਾ ਜਾਣਾ ਚਾਹੁੰਦੇ ਨੇ, ਯਾਨੀ ਕਿ ਉਹ ਆਪਣਾ ਓਪਨ ਵਰਕ ਪਰਮਿਟ ਯਾਨੀ ਕਿ ਡਿਪੈਂਡੈਂਟ ਵੀਜ਼ਾ ਅਪਲਾਈ ਕਰਕੇ ਆਪਣੇ ਪਾਰਟਨਰ ਦੇ ਕੋਲ ਜਾ ਸਕਦੇ ਨੇ। ਡਿਪੈਂਡੈਂਟ ਵੀਜ਼ਾ ਉਹਨਾਂ ਕੈਂਡੀਡੇਟਸ ਲਈ ਹੈ ਜਿਨ੍ਹਾਂ ਦੇ ਪਾਰਟਨਰਸ, ਮੈਂ ਇੱਕ ਵਾਰ ਦੁਬਾਰਾ ਫਿਰ ਦੱਸਣਾ ਚਾਹਾਂਗਾ, ਜਿਨ੍ਹਾਂ ਦੇ ਪਾਰਟਨਰ ਆਲਰੇਡੀ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਨੇ, ਉਹ ਆਪਣੇ ਸਪਾਊਸ ਜੋ ਕਿ ਇੰਡੀਆ ਵਿੱਚ ਰਹਿੰਦੇ ਹਨ ਉਹਨਾਂ ਨੂੰ ਓਪਨ ਵਰਕ ਪਰਮਿਟ ਯਾਨੀ ਕਿ ਡਿਪੈਂਡੈਂਟ ਵੀਜ਼ਾ 'ਤੇ ਕੈਨੇਡਾ ਵਿੱਚ ਬੁਲਾ ਸਕਦੇ ਨੇ। ਤੁਸੀਂ ਸਾਡੀ ਕਿਸੇ ਵੀ ਬ੍ਰਾਂਚ ਦੇ ਵਿੱਚ ਜਾ ਕੇ ਓਪਨ ਵਰਕ ਪਰਮਿਟ ਡਿਪੈਂਡੈਂਟ ਵੀਜ਼ਾ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਤੁਹਾਡੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਵੀਜ਼ਾ ਲੱਗਣ ਤੋਂ ਪਹਿਲਾਂ ਨਹੀਂ ਲਿਆ ਜਾਏਗਾ, ਤੁਹਾਡੇ ਕੋਲੋਂ ਸਾਰੀ ਫੀਸ ਉਦੋਂ ਲਈ ਜਾਏਗੀ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਹੈ। ਧੰਨਵਾਦ।